ਅਕਾਲੀ ਦਲ ਦੀਆਂ ਸਰਕਾਰਾਂ ਦੇ ਵਿੱਚ ਜੋ ਕਿਤੇ ਕਤਾਹੀ ਹੋਈ, ਕਮੀ ਰਹੀ, ਗਲਤੀਆਂ ਹੋਈਆਂ, ਉਹਨਾਂ ਦੀ ਨੂੰ ਰੋਕਣ ਦੇ ਵਿੱਚ ਅਸੀਂ ਸਫਲ ਨਾ ਹੋ ਸਕੇ। ਅਕਾਲੀ ਲੀਡਰਸ਼ਿਪ ਦਾ ਹਿੱਸਾ ਹੁੰਦੇ ਹੋਏ ਉਹਦੀ ਖੀਵਾ ਜਾਂਚ ਕਰਨ ਲਈ ਅਸੀਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੇਸ਼ ਹੋ ਕੇ ਆਪਣੀ ਬੇਨਤੀ ਕੀਤੀ ਆ ਔਰ ਮੰਗ ਕੀਤੀ ਆ ਕਿ ਸਾਨੂੰ ਜਿਹੜੀ ਵੀ ਕੋਈ ਗਲਤੀ ਹੋਈ ਆ, ਕਿਉਂਕਿ ਸਾਡੇ ਗੁਰੂ ਦਾ ਵੀ ਹੁਕਮ ਆ ਵੀ ਅੱਖਾਂ ਦੇ ਸਾਹਮਣੇ ਕੋਈ ਗਲਤੀ ਹੋਵੇ ਉਹਨੂੰ ਚੁੱਪ ਕਰਕੇ ਦੇਖੀ ਜਾਣਾ, ਉਹ ਵੀ ਗਲਤੀ ਹੁੰਦੀ ਆ। ਸੋ ਇਸ ਲਈ ਅਸੀਂ ਉਹਦੀ ਖੀਮਾ ਜਾਂਚ ਕਰ ਲਈ, ਅੱਜ ਜਥੇਦਾਰ ਸਾਹਿਬ ਨੂੰ ਅਰਜ਼ੀ ਦੇ ਕੇ ਸਾਰੇ ਜਣੇ ਇਹ ਗੱਲ ਕਹਿ ਰਹੇ ਆ, ਖਾਸ ਕਰਕੇ ਤੁਹਾਡੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਸਾਰੇ ਇਹੀ ਗੱਲ ਕਹਿ ਰਹੇ ਆ ਕਿ ਪਿਛਲੇ 10 ਸਾਲਾਂ ਤੋਂ ਜਦੋਂ ਸੱਤਾ ਦੇ ਵਿੱਚ ਸੀਗੇ ਜਾਂ 25 ਸਾਲ ਪਹਿਲਾਂ ਸੀਗੇ ਜਦੋਂ ਇਹ ਗਲਤੀਆਂ ਹੋਈਆਂ ਉਦੋਂ ਕਿਹੜੀ ਚਿੰਤਾ ਆਇਆ, ਉਦੋਂ ਕਿਹੜੀਆਂ ਇਹੀ ਤਾਂ ਮਾਫੀ ਮੰਗਣ ਲਈ ਆਏ ਆ, ਇਹੀ ਤਾਂ ਅਸੀਂ ਕਹਿ ਰਹੇ ਹਾਂ ਵੀ ਅਸੀਂ ਪੁਆਇੰਟ ਆਊਟ ਕਰਨ ਦੇ ਬਾਵਜੂਦ ਵੀ ਇਹ ਵੀ ਅਸੀਂ ਸਫਲ ਨਹੀਂ ਹੋ ਸਕੇ ਉਹ ਗਲਤੀਆਂ ਦਰੁਸਤ ਕਰਨ ਦੇ ਵਿੱਚ, ਇਸੇ ਗਲਤੀ ਦਾ ਅਸੀਂ ਗਲਤੀ ਮਤਲਬ ਮੰਨ ਕੇ ਮੰਨਣ ਲਈ ਉਹਦੀ ਮਾਫੀ ਮੰਗਣ ਲਈ ਆਏ। ਜ਼ਿੰਮੇਵਾਰ ਕੌਣ ਹੈ ਤੁਸੀਂ, ਕਿਹਨੂੰ ਮੰਨਦੇ ਹੋ? ਦੇਖੋ ਬਾਦਲ ਨੂੰ ਮੰਨਦੇ ਹੋ? ਦੇਖੋ ਅੱਜ ਜਿਸ ਅਸੀਂ ਲਿਖਤੀ ਤੌਰ ਤੇ ਸਾਰਾ ਕੁਝ ਦਿੱਤਾ ਹੋਇਆ, ਜਿਹਦੀ ਜਿੰਨੀ ਗਲਤੀ ਆ ਉਹ ਜਥੇਦਾਰ ਸਾਹਿਬ ਨੇ ਫੈਸਲਾ ਕਰਨਾ ਇਹਦੀ ਕਿੰਨੀ ਗਲਤੀ ਆ ਔਰ ਕਿਵੇਂ ਉਹ ਕਿੰਨੀ ਪੰਥਕ ਰੋਹ ਰੀਤਾਂ ਅਨੁਸਾਰ ਉਸ ਸਜ਼ਾ ਦਾ ਹੱਕਦਾਰ ਆ ਅਤੇ ਉਹ ਪੰਥਕ ਰੋਹ ਰੀਤਾਂ ਅਨੁਸਾਰ ਅਸੀਂ ਕਿਹਾ ਅਸੀਂ ਸਜ਼ਾ ਭੁਗਤਣ ਨੂੰ ਤਿਆਰ ਹਾਂ। ਹਾਂਜੀ ਦੇਖੋ ਅੱਜ ਅਸੀਂ ਕਿਸੇ ਤਰ੍ਹਾਂ ਦਾ ਅੱਜ ਕਿਸੇ ਕਿਸਮ ਦਾ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ ਜੀ ਸਦਕੇ, ਜੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਾਜ਼ਰ ਹੋ ਕੇ ਪਿਛਲੀਆਂ ਗੁਨਾਹਾਂ ਦੀ ਮਾਫੀ ਮੰਗਣਾ ਭਾਰਤੀ ਜਨਤਾ ਪਾਰਟੀ ਜਾਂ ਕਿਸੇ ਪਾਰਟੀ ਦਾ ਏਜੰਟ ਹੋਣਾ ਤਾਂ ਉਹਨਾਂ ਨੂੰ ਮੁਬਾਰਕ ਆ ਜਿਹੜੇ ਕਹਿਣ ਵਾਲੇ ਆ, ਪਰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮਾਫੀ ਮੰਗਣ 'ਤੇ ਕਿਸੇ ਨੂੰ ਚਿੰਤਾ ਨਹੀਂ ਹੋਣੀ ਚਾਹੀਦੀ, ਕਿਸੇ ਨੂੰ ਗਲਤ ਮਤਲਬ ਇਹਦਾ ਗੁੱਸਾ ਨਹੀਂ ਕਰਨਾ ਚਾਹੀਦਾ, ਬਲਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਵੀ ਅਸੀਂ ਅਰਦਾਸ ਕੀਤੀ ਆ ਕਿ ਪੰਥ ਦੀ ਚੜ੍ਹਦੀ ਕਲਾ ਲਈ, ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਵੀ ਗੁਰੂ ਅਤੇ ਗੁਰੂ ਦਾ ਪੰਥ ਸਾਨੂੰ ਬਖਸ਼ੇ ਅਤੇ ਅੱਗੇ ਨੂੰ ਗੁਰੂ ਸਾਨੂੰ ਸਮਰਥ ਬਖਸ਼ੇ, ਤਾਕਤ ਬਖਸ਼ੇ, ਤਾਂ ਕਿ ਪੰਥ ਦੀ ਇਹ ਜਥੇਬੰਦੀ ਜਿਹੜੀ ਅਰਸ਼ ਤੋਂ ਫਰਸ਼ 'ਤੇ ਆ ਗਈ, ਜਿਹਨੂੰ ਬਹੁਤ ਵੱਡਾ ਖੋਰਾ ਲੱਗਿਆ, ਸਾਡੇ ਨਾਲ ਗੁਰੂ ਵੀ ਨਾਰਾਜ਼, ਗੁਰੂ ਦਾ ਪੰਥ ਵੀ ਨਾਰਾਜ਼, ਔਰ ਅੱਜ ਗੁਰੂ ਤੋਂ ਵੀ ਮਾਫੀ ਮੰਗਣ ਲਈ, ਗੁਰੂ ਦੇ ਪੰਥ ਤੋਂ ਵੀ ਮਾਫੀ ਮੰਗਣ ਲਈ ਅਸੀਂ ਇਸ ਮਹਾਨ ਪਵਿੱਤਰ ਸਥਾਨ 'ਤੇ ਪਹੁੰਚੇ ਹਾਂ ਔਰ ਉਹ ਤੋਂ ਬਾਅਦ ਅਸੀਂ ਇਹ ਵੀ ਅਰਦਾਸ ਕੀਤੀ ਆ ਹੁਣ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕਿ ਗੁਰੂ ਸਾਨੂੰ ਸ਼ਕਤੀ ਬਖਸ਼ੇ, ਸਮਰੱਥ ਬਖਸ਼ੇ, ਅਸੀਂ ਪੰਥ ਦੀ ਚੜ੍ਹਦੀ ਕਲਾ ਲਈ, ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਹਿੱਸਾ ਪਾ ਸਕੀਏ। ਦੇਖੋ ਅੱਜ ਤਾਂ ਸਿਰਫ ਖੀਮਾ ਜਾਚਕਾ ਲਈ ਆਏ ਆ, ਖੀਮਾ ਜਾਚਕ ਤੋਂ ਬਾਅਦ ਆਪਣੀ ਸੁਰਖਰੂ ਹੋ ਕੇ ਫਿਰ ਅਸੀਂ ਪੰਥ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਜਿਹੜੀ ਲਹਿਰ ਉਹ ਚਲਾਵਾਂਗੇ। ਉਹ ਤਾਂ ਅੰਮ੍ਰਿਤਪਾਲ ਹੋਰਾਂ ਦੇ ਪਰਿਵਾਰ ਨੂੰ ਤਾਂ ਸਿਰਫ ਅਸੀਂ ਸ਼ਿਸ਼ਟਾਚਾਰ ਦੇ ਤੌਰ 'ਤੇ ਗਏ ਸੀ ਔਰ ਕਿਉਂਕਿ ਅੱਜ ਕੋਈ ਰਾਜਸੀ ਗੱਲ ਨਹੀਂ ਕਿਸੇ ਤਰ੍ਹਾਂ ਦੀ ਵੀ ਕੀਤੀ। ਲੋਕਾਂ ਦੀ ਕਚਹਿਰੀ ਵਿੱਚ ਪਹਿਲਾਂ ਅਸੀਂ ਆਪਣੀ ਸੁਰਖਰੂ ਹੋ ਕੇ ਇਹ ਜੋ ਕੁਛ ਪਿੱਛੇ ਹੋਇਆ ਗਲਤ ਉਹ ਤੋਂ ਮਾਫੀ ਲੈ ਕੇ ਫਿਰ ਜੋ ਅਰਦਾਸ ਕੀਤੀ ਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਖੜ੍ਹੇ ਹੋ ਕੇ ਕਿ ਖਾਲਸਾ ਪੰਥ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਅਤੇ ਮਜ਼ਬੂਤ ਕਰਨ ਲਈ ਗੁਰੂ ਸਾਨੂੰ ਸਮਰੱਥ ਬਖਸ਼ੇ, ਗੁਰੂ ਸਾਨੂੰ ਸ਼ਕਤੀ ਬਖਸ਼ੇ। ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਜਿਹੜੇ ਇਸ ਗੱਲ 'ਤੇ ਮਤਲਬ ਗੁੱਸੇ ਹੋ ਰਹੇ ਨੇ, ਇਸ ਗੱਲ 'ਤੇ ਇਤਰਾਜ਼ ਕਰ ਰਹੇ ਨੇ, ਇਸ ਗੱਲ 'ਤੇ ਕਿਸੇ ਦੇ ਏਜੰਟ ਕਹਿ ਰਹੇ ਨੇ, ਮਤਲਬ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ
ਕਿ ਉਹ ਪੰਥ ਦੀ ਚੜ੍ਹਦੀ ਕਲਾ ਲਈ ਅਤੇ ਪੰਥ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਜੇ ਯੋਗਦਾਨ ਨਹੀਂ ਪਾ ਸਕਦੇ ਤਾਂ ਘੱਟੋ ਘੱਟ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾਣ ਵਾਲਿਆਂ 'ਤੇ ਚਿੰਤਾ ਨਾ ਕਰਨ, ਇਤਰਾਜ਼ ਨਾ ਕਰਨ। ਦੇਖੋ ਇਹ ਤਾਂ ਸਾਡਾ, ਇਹ ਤਾਂ ਜਥੇਦਾਰ ਸਾਹਿਬ 'ਤੇ ਡਿਪੈਂਡ ਕਰਦਾ ਵੀ ਜਥੇਦਾਰ ਸਾਹਿਬ ਮਤਲਬ ਕੀ ਚਾਹੁੰਦੇ ਨੇ, ਕੀ ਕਰਨਾ ਚਾਹੁੰਦੇ ਨੇ। ਇਹ ਸਾਨੂੰ ਪੂਰੀ ਉਮੀਦ ਆ ਕਿ ਪੰਥਕ ਰਹੁ ਰੀਤਾਂ ਮੁਤਾਬਕ ਉਹ ਕੋਈ ਨਾ ਕੋਈ ਫੈਸਲਾ ਲੈਣਗੇ। ਨਹੀਂ ਅਸੀਂ ਤਾਂ ਦੇਖੋ ਆ ਵਿਸ਼ਵਾਸ ਕਰਕੇ ਆਏ ਹਾਂ, ਪੰਥ ਦੀ ਜਥੇਬੰਦੀ ਆ, ਪੰਥ ਦੇ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਵਿਸ਼ਵਾਸ ਆ ਸਾਨੂੰ। ਇਸੇ ਕਰਕੇ ਅਸੀਂ ਉਹਨਾਂ 'ਤੇ ਆਸ 'ਤੇ ਵਿਸ਼ਵਾਸ ਕਰਦੇ ਹਾਂ ਕਿ ਉਹ ਨਿਰਪੱਖ ਪੰਥਕ ਹਿੱਤਾਂ ਵਿੱਚ ਫੈਸਲਾ ਕਰਨਗੇ। ਹੈ ਜੀ, ਇਹ ਤਾਂ ਜਿਹੜੀ ਉਹਨਾਂ ਨੇ ਮੰਗੀ ਸੀ ਉਹਨੂੰ ਖਾਲਸਾ ਪੰਥ ਨੇ ਪ੍ਰਵਾਨ ਨਹੀਂ ਕੀਤਾ, ਇਸੇ ਕਰਕੇ ਖਾਲਸਾ ਪੰਥ ਨੇ ਫਤਵਾ ਦਿੱਤਾ ਉਹਨਾਂ ਦੇ ਉਲਟ। ਇਹੀ ਤਾਂ ਸਮੱਸਿਆ, ਇਹੀ ਅਸੀਂ ਵਾਰ ਵਾਰ ਕਹਿੰਦੇ ਹਾਂ ਵੀ ਜਿੰਨੀ ਦੇਰ ਖਾਲਸਾ ਪੰਥ ਦੀ ਤਸੱਲੀ ਨਹੀਂ ਹੁੰਦੀ ਉਨੀ ਦੇਰ ਤੱਕ ਖਾਲਸਾ ਪੰਥ ਨੂੰ ਨਾਲ ਲੈ ਕੇ ਚੱਲਣਾ ਮੁਸ਼ਕਲ ਆ। ਸੋ ਇਸੇ ਕਰਕੇ ਅਸੀਂ ਮਰਿਆਦਾ ਅਨੁਸਾਰ, ਪੰਥਕ ਰਹੁ ਰੀਤਾਂ ਅਨੁਸਾਰ ਅੱਜ ਜਥੇਦਾਰ ਸਾਹਿਬ ਨੂੰ ਬੇਨਤੀ ਕਰਨ ਆਏ ਹਾਂ ਕਿ ਉਹ ਉਸ ਰਹੁ ਰੀਤਾਂ ਮੁਤਾਬਕ ਮਾਫ਼ੀ ਦੀ ਗੱਲ ਕਰਨ। ਕੀ ਸਜ਼ਾ ਲਾਉਣੀ ਹੈ, ਜੋ ਵੀ ਕੁਛ ਕਰਨਾ ਚਾਹੁੰਦੇ ਨੇ ਉਹਨਾਂ ਨੇ, ਅਸੀਂ ਤਾਂ ਉਹਨਾਂ ਦੇ ਸਨਮੁੱਖ ਇੱਕ ਸੇਵਕ ਦੇ ਤੌਰ 'ਤੇ, ਇੱਕ ਗੁਨਾਹਗਾਰ ਦੇ ਤੌਰ 'ਤੇ ਅੱਜ ਪੇਸ਼ ਹੋਏ। ਅੱਛਾ, ਜਥੇਦਾਰ ਸਾਹਿਬ ਨੂੰ ਤੁਸੀਂ ਬੇਨਤੀ ਕੀਤੀ ਇਹਨਾਂ ਸਾਰੀਆਂ ਗਲਤੀਆਂ ਦਾ, ਤੁਸੀਂ ਉਹਨਾਂ ਸਾਹਮਣੇ ਪੇਸ਼ ਹੋਏ ਜਦੋਂ, ਉਦੋਂ ਜ਼ੁਬਾਨੀ ਵੀ ਮਾਫ਼ੀ ਮੰਗੀ ਅਤੇ ਉਹਨਾਂ ਦਾ ਅੱਗੋਂ ਕੀ ਰਿਐਕਸ਼ਨ ਸੀ? ਦੇਖੋ ਉਹਨਾਂ ਨੇ ਕਿਹਾ ਵੀ ਅਸੀਂ ਸਾਰਾ ਵਿਚਾਰ ਕੇ ਫਿਰ ਅੱਗੇ ਤੁਹਾਨੂੰ ਦੱਸਾਂਗੇ। ਹਜੇ ਤਾਂ ਉਹਨਾਂ ਨੇ ਸਾਰੀ ਗੱਲ ਨੂੰ ਵਿਚਾਰਨ ਦੀ ਗੱਲ ਕੀਤੀ ਹੈ, ਕਿਉਂਕਿ ਪੜ੍ਹਨਗੇ ਵਿਚਾਰਨਗੇ ਅੱਗੇ ਤਾਂ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬਾਨਾਂ ਨੇ, ਪੰਜੇ ਸਿੰਘ ਸਾਹਿਬਾਨਾਂ ਨੇ ਫੈਸਲਾ ਕਰਨਾ ਕੀ ਕਰਨਾ। ਤੁਹਾਡੇ ਕਾਰਨ ਅਗਰ ਡਾਕਟਰ ਦਲਜੀਤ ਸਿੰਘ ਚੀਮਾ ਬੋਲ ਰਹੇ ਨੇ, ਹੁਣੇ ਥੋੜ੍ਹੀ ਦੇਰ ਪਹਿਲਾਂ ਬੋਲ ਰਹੇ ਸੀ ਉਹਨਾਂ ਨੇ ਕਿ ਜੋ ਅੱਜ ਤੁਹਾਡੇ ਆਗੂ ਜਿਹੜੇ ਨੇ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ, ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ ਨੇ, ਉਹਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ। ਮੇਰੀ ਗੱਲ ਸੁਣੋ, ਇੱਕ ਜੇ ਅਸੀਂ ਪੂਰੇ ਪੰਥ ਦੀ ਗੱਲ ਕਰਦੇ ਹਾਂ ਤਾਂ ਅੰਮ੍ਰਿਤਪਾਲ ਸਿੰਘ ਜੀ, ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਦਾ ਸਾਰਾ ਪਰਿਵਾਰ ਇੱਕ ਉਹਦਾ ਨਿਖੱਟਾ ਅੰਗ ਹੈ। ਸੋ ਉਹਨਾਂ ਨਾਲ ਗੱਲ ਕਰਨੀ ਤਾਂ ਜ਼ਿੰਮੇਵਾਰੀ ਬਣਦੀ ਹੈ। ਜੇ ਉਸਦਾ ਉਹਨਾਂ ਨੇ ਨਹੀਂ ਗੱਲ ਕੀਤੀ ਤਾਂ ਉਸਦਾ ਅਸੀਂ ਵੀ ਨਹੀਂ ਕਰਨੀ। ਅਸੀਂ ਤਾਂ ਸਾਰਿਆਂ ਨਾਲ ਗੱਲ ਕਰਨੀ ਹੈ, ਸਾਰਿਆਂ ਨਾਲ ਵਿਚਾਰ ਚਰਚਾ ਕਰਨੀ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਇਹ ਸਾਡੀ ਕੋਸ਼ਿਸ਼। ਉਹ ਕਹਿੰਦੇ ਨੇ ਕਿ ਇਸਦੇ ਕਈ ਰਾਜਨੀਤਿਕ ਪਿੱਛੇ ਰਾਜਨੀਤੀ ਨਜ਼ਰ ਆਉਂਦੀ ਹੈ, ਰਾਜਨੀਤਿਕ ਮਾਇਨੇ ਨੇ। ਮੇਰੀ ਗੱਲ ਸੁਣ, ਉਹਨਾਂ ਦੇ ਕਹਿਣ ਦਾ ਕੋਈ ਜਵਾਬ ਨਹੀਂ। ਬਾਕੀ ਦੇਖੋ, ਅੱਜ ਮੈਂ ਕੋਈ ਸਿਆਸੀ ਗੱਲਾਂ ਦਾ ਨਹੀਂ ਗੱਲ ਕਰਨਾ ਚਾਹੁੰਦਾ, ਕਿਉਂਕਿ ਸਾਡੀ ਨਿਰੋਲ ਧਾਰਮਿਕ ਅਤੇ ਇੱਕ ਨਿੱਜੀ ਸਾਡਾ ਜੋ ਇੱਕ ਮਨ 'ਤੇ ਬੋਝ ਸੀ ਉਹਨੂੰ ਲੈ ਕੇ ਅਸੀਂ ਅੱਜ ਇੱਥੇ ਆਏ ਹਾਂ। ਕੋਈ ਸਿਆਸਤ ਦੀ ਮੈਂ ਗੱਲ ਨਹੀਂ ਕਰਨਾ ਚਾਹੁੰਦਾ, ਨਾ ਹੀ ਮੈਂ ਕੋਈ ਸਿਆਸੀ ਜਿਹੜੀ ਉਹ ਗੱਲਾਂ ਕਰ ਰਹੇ ਨੇ ਉਹਦਾ ਇਸ ਮੌਕੇ ਜਵਾਬ ਦੇਣਾ ਚਾਹੁੰਦਾ, ਤਾਂ ਜਵਾਬ ਅਸੀਂ ਦੇਵਾਂਗੇ, ਠੋਕ ਕੇ ਦੇਵਾਂਗੇ, ਪਰ ਇਹ ਮੌਕਾ ਨਹੀਂ ਹੈ। ਅਸੀਂ ਅੱਜ ਜਿਸ ਮਕਸਦ ਲਈ ਆਏ ਹਾਂ ਅਸੀਂ ਸਿਰਫ ਉਹਦੇ ਤੱਕ ਹੀ ਸੀਮਤ ਰਹਿਣਾ ਚਾਹੁੰਦੇ ਹਾਂ। ਪਹਿਲਾਂ ਕਿਉਂ ਨਹੀਂ ਬਾਹਰ ਨਹੀਂ ਹੋਏ, ਉਦੋਂ ਅਸਤੀਫੇ ਨਹੀਂ ਦਿੱਤੇ, ਪਹਿਲਾਂ ਕਿਉਂ ਨਹੀਂ ਬੋਲੇ? ਅਸੀਂ ਤਾਂ, ਮੇਰੀ ਗੱਲ ਸੁਣੋ, ਇਹ ਵੀ ਗੱਲਾਂ ਦਾ ਜਵਾਬ ਅਸੀਂ ਤੁਹਾਨੂੰ ਦੇਵਾਂਗੇ, ਕਿਉਂਕਿ ਹੁਣ ਮੌਕਾ ਨਹੀਂ, ਪਰ ਸਾਰੀਆਂ ਗੱਲਾਂ ਹੋਈਆਂ ਨੇ। ਇਹ ਵੀ ਅਸੀਂ ਪੱਤਰ ਦੇ ਵਿੱਚ ਵੀ ਸਾਰਾ ਕੁਝ ਲਿਖਿਆ ਅਤੇ ਮਤਲਬ ਜੇ ਅਸੀਂ ਉਹਦੇ ਵਿੱਚ ਚੁੱਪ ਰਹੇ ਉਹੀ ਗੱਲਾਂ ਦਾ, ਤਾਂ ਅਸੀਂ ਮਾਫ਼ੀ ਮੰਗਣਾ ਹੈ। ਆਪਦਾ ਜਿੱਥੇ ਅਕਾਲ ਤਖ਼ਤ ਸਾਹਿਬ ਨੇ ਆਪਦੇ ਫੈਸਲੇ ਲਏ, ਉਹਨਾਂ ਨੂੰ ਪੰਥ ਚੋਂ ਛੇਕਿਆ, ਸਾਰੀ ਕਾਰਵਾਈਆਂ ਕੀਤੀਆਂ,
ਇਹ ਜ਼ਿਆਦਾ ਜਿਹੜਾ ਹੈ 2015 ਤੋਂ ਜਦ ਮਾਫੀ ਆ ਉਦੋਂ ਬਾਅਦ ਜ਼ਿਆਦਾ ਬਣੀਆਂ ਕੋਈ ਬਾਕੀ ਨਹੀਂ, ਸਾਰੇ ਗੁਰੂ ਨਾਲ ਜੁੜੇ ਹੋਏ ਹਾਂ, ਸੁੱਚੇ ਪਾਤਸ਼ਾਹ ਦੇ ਨਾਲ ਜੁੜੇ ਹੋਏ ਹਾਂ। ਸਾਡੇ ਮਨ 'ਚ ਭਾਵਨਾ ਸੀ ਕਿ ਅਸੀਂ ਗਲਤੀਆਂ ਕੀਤੀਆਂ ਨੇ, ਗਲਤੀਆਂ ਹੋਈਆਂ ਨੇ, ਉਹਦੀ ਜਾ ਕੇ ਗੁਰੂ ਅੱਗੇ ਸੁੱਚੇ ਪਾਤਸ਼ਾਹ ਅੱਗੇ ਪ੍ਰਾਰਥਨਾ ਕਰਕੇ ਮਾਫੀ ਮੰਗ ਲਈ। ਉਹ ਅੱਜ ਮਾਫੀ ਮੰਗੀ ਗਈ, ਅੱਜ ਸਾਰਾ ਬੋਝ ਲੈ ਗਿਆ। ਗੁਰੂ ਅੱਗੇ ਇਹ ਅਰਦਾਸ ਰੱਖਦੇ ਹਾਂ ਕਿ ਸੁੱਚੇ ਪਾਤਸ਼ਾਹ ਸਾਨੂੰ ਇਸੇ ਲੁੱਟ ਹਿੰਮਤ ਦੇਵੇ, ਤਾਕਤ ਦੇਵੇ, ਅਸੀਂ ਹੌਸਲੇ ਨਾਲ ਗੁਰੂ ਘਰ ਦੇ ਵਿੱਚ ਆ ਕੇ ਨਤਮਸਤਕ ਹੋ ਸਕੀਏ, ਜਿਹਦੇ ਨਾਲ ਜਿਹੜਾ ਤੁਹਾਡੇ ਮਨ ਦੇ ਉੱਤੇ ਬੋਝ ਹੈ ਉਹ ਲੈ ਜਾਵੇ। ਤੁਸੀਂ ਕਹਿ ਰਹੇ ਹੋ ਸਭ ਤੋਂ ਪਹਿਲੀ ਤੁਹਾਡੀ ਜਿਹੜੀ ਮਾਫੀ ਜਿਹਦੇ 'ਤੇ ਮੰਗ ਰਹੇ ਹੋ, ਕਿਹਾ ਜਦੋਂ ਪਰਚਾ ਖਾਰਜ ਹੋਇਆ ਉਦੋਂ ਤੁਸੀਂ ਲੋਕਾਂ ਨੇ ਸਹਿਮਤੀ ਜਿਤਾਈ ਸੀ। ਪਰਚਾ ਕਿਹੜਾ ਖਾਰਜ ਹੋਇਆ ਸੀ? ਜਦੋਂ 2012 'ਚ ਪਰਚਾ ਅਕਾਲੀ ਦਲ ਵੱਲੋਂ ਕੈਂਸਲ ਕੀਤਾ ਗਿਆ ਸੀ ਸਲਾਮਤਪੁਰੇ ਦੇ ਵਿੱਚ, ਮੈਂ ਕਦੇ ਉਹਦੇ 'ਚ ਸ਼ਾਮਿਲ ਨਹੀਂ ਹੋਇਆ ਕਦੇ। ਤੁਸੀਂ ਉਸ ਪਾਰਟ ਦਾ ਅਕਾਲੀ ਦਲ ਮੈਂ ਸਾਰੀ ਪਾਰਟ ਸੀ ਉਹਦਾ, ਉਸੇ ਗੱਲ ਦੀ ਮਾਫੀ ਮੰਗਣਾ ਆ। ਜੇ ਉਹ ਅਸੀਂ ਉਦੋਂ ਬੋਲੇ ਹੁੰਦੇ, ਉਦੋਂ ਕੀਤਾ ਹੁੰਦਾ, ਫਿਰ ਤਾਂ ਆਉਣ ਦੀ ਲੋੜ ਹੀ ਨਹੀਂ ਸੀ। ਅਸੀਂ ਇਸੇ ਗੱਲ ਦੀ ਮਾਫੀ ਮੰਗ ਰਹੇ ਹਾਂ ਕਿ ਅਸੀਂ ਸਰਕਾਰ ਦਾ ਪਾਰਟ ਸੀ, ਪਰ ਅਸੀਂ ਉਦੋਂ ਬੋਲੇ ਨਹੀਂ, ਚੁੱਪ ਰਹੇ, ਉਸ ਗੱਲ ਦੀ ਗੁਰੂ ਅੱਗੇ ਮਾਫੀ। ਕੀ ਰਣਨੀਤੀ ਹੈਗੀ ਅਗਲੀ ਹੁਣ ਤੋਂ? ਅੱਗੇ ਉਹ ਫਿਰ ਬਾਅਦ 'ਚ ਦੱਸਾਂਗੇ। ਸਿੰਘ ਸਾਹਿਬ ਨਾਲ ਮੁਲਾਕਾਤ ਹੋਈ ਹੈ? ਅੱਜ ਜਿਹੜੀ ਸਿੰਘ ਸਾਹਿਬ ਨਾਲ ਮੁਲਾਕਾਤ ਵੀ ਹੋਈ ਹੈ, ਉਹਨਾਂ ਕੋਲ ਜਾ ਕੇ ਹੱਥ ਜੋੜ ਕੇ ਐਪਲੀਕੇਸ਼ਨ ਦਿੱਤੀ ਹੈ ਉਹਨੂੰ ਕਿ ਜੋ ਵੀ ਸਾਡੀ ਸਜ਼ਾ ਬਣਦੀ ਹੈ ਜੋ ਤੁਸੀਂ ਠੀਕ ਮੰਨਦੇ। ਦੇਖੋ ਮੁੱਦੇ ਤੁਹਾਨੂੰ ਸਾਰਿਆਂ ਨੂੰ ਪਤਾ, ਮੇਰੇ ਕਹਿਣ ਦੀ ਲੋੜ ਨਹੀਂ। ਸਿੰਘ ਸਾਹਿਬ ਦੱਸੇ ਐਪਲੀਕੇਸ਼ਨ ਦਿੱਤੀ। ਮੈਂ ਤਾਂ ਸ਼ੋਰਟ ਕੱਟ ਚਮਕਾਤੀ ਗੱਲ ਕਿ ਅਸੀਂ ਉਦੋਂ ਨਹੀਂ ਬੋਲੇ ਹਾਂ ਤੇ ਉਹ ਸਾਡੀ ਗਲਤੀ ਸੀ, ਉਸ ਗੱਲ ਦੀ ਮਾਫੀ ਅੱਜ ਅਸੀਂ ਲੈਣਾ। ਤੁਸੀਂ ਸੋਚਦੇ ਹੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਚੰਦੂ ਮਾਜਰਾ ਸਾਹਿਬ ਜੀ, ਮੈਂ ਕਦੇ ਕਿਸੇ ਨਾਲ ਜ਼ਿੰਦਗੀ 'ਚ ਖੁੰਦ ਕੇ ਰੱਖੀ? ਕਦੇ ਦੇਖੀਆ ਤੁਸੀਂ? ਇੱਕ ਬੰਦੇ ਦੱਸ ਦਿਓ, ਮੈਂ ਕਦੇ ਜ਼ਿੰਦਗੀ 'ਚ ਆਪਣਾ ਟੈਂਪਰ ਲੂਜ ਨਹੀਂ ਕੀਤਾ, ਕਦੇ ਕਿਸੇ ਨਾਲ ਖੁੰਦ ਕੇ ਰੱਖੀ। ਬਖਸ਼ਿਸ਼ ਗੁਰੂ ਮਹਾਰਾਜ ਨੇ ਐਡੀ ਕੀਤੀ ਹੋਈ, ਸੁੱਚੇ ਪਾਤਸ਼ਾਹ ਨੇ ਐਡੀ ਵੱਡੀ ਬਖਸ਼ ਕੀਤੀ ਹੈ, ਜਿਹੜਾ ਮੈਂ ਸੁਪਨੇ 'ਚ ਵੀ ਨਹੀਂ ਸੋਚ ਸਕਦਾ, ਜਿਹੜਾ ਬੰਦਾ ਸੁਪਨਾ ਵੀ ਨਹੀਂ ਲੈ ਸਕਦਾ, ਜਿਹੜੀ ਚੀਜ਼ ਪਰਮਾਤਮਾ ਉਹ ਵੀ ਦੇ ਦੇਵੇ। ਫਿਰ ਵੀ ਕਿਸੇ ਨਾਲ ਆਪਾਂ ਖੁੰਦ ਕੇ ਰੱਖੀਏ, ਕਿਸੇ ਨਾਲ ਹੋਰ ਰੱਖੀਏ, ਮੇਰੀ ਕਿਸੇ ਨਾਲ ਖੁੰਦ ਕਰੀ, ਸਤਸੁਖਬੀਰ ਸਿੰਘ ਬਾਦਲ ਨਾਲ ਵੀ ਮੇਰੀ ਖੁੰਦ ਕਰੀ, ਹੋਰ ਕਿਸੇ ਨਾਲ ਵੀ ਖੁੰਦ ਕਰੀ, ਸਾਰੇ ਇਹ ਗੁਰੂ ਦੀਆਂ ਬਖਸ਼ਿਸ਼ਾਂ ਨੇ ਕਿ ਇੱਥੇ ਫਿਰਦੇ ਹਾਂ, ਤੁਹਾਡੇ ਕੋਲ ਆਏ ਹਾਂ, ਅਤੇ ਜੇ ਗੁਰੂ ਦੀ ਬਖਸ਼ਿਸ਼ ਨਾ ਹੋਵੇ ਮੇਰੇ ਵਰਗੇ ਬੰਦੇ ਸੋਚ ਸਾਂਝੀ ਨਹੀਂ ਲਾਉਂਦਾ। ਬਾਬੇ ਨਾਨਕ ਨੇ ਆਪੇ ਸਾਨੂੰ ਕੋਈ ਨਾ ਕੋਈ ਲੱਭ ਦੇਣਾ ਜੀ, ਜਿਹੜਾ ਕੋਈ ਲੈਣਾ ਉਹ ਬਾਬੇ ਨਾਨਕ ਦੇ ਲਾਇਆ ਪਿਆ, ਨਾ ਤੁਹਾਡੇ ਕਹੇ ਤੇ ਲੱਗਣਾ, ਨਾ ਮੇਰੇ ਕਹੇ ਤੇ ਲੱਗਣਾ। ਮੈਂ ਕਦੇ ਪ੍ਰਧਾਨ ਦੇ ਕਹਿੰਦੇ, ਮੈਂ ਕਿਸੇ ਚੀਜ਼ ਦਾ ਵੀ ਉਹ ਹੋਇਆ ਜਦੋਂ ਬਾਦਲ ਸਾਹਿਬ ਨੇ ਮੈਨੂੰ ਮੰਤਰੀ ਬਣਾਇਆ, ਉਦੋਂ ਵੀ ਮੈਂ ਮੰਤਰੀ ਬਣਦੇ ਹੋਏ ਨਹੀਂ ਸੀਗਾ, ਮੈਂ ਤਾਂ ਗੁਰੂ ਦੇ ਚਰਨਾਂ 'ਚ ਰਹਿਣ ਵਾਲਾ ਇਨਸਾਨ ਹਾਂ। ਜਿੱਥੇ ਪਹੁੰਚੇ ਹਾਂ ਉਹ ਵੀ ਬਹੁਤ ਵੱਡੀ ਗੱਲ ਹੈ ਮੇਰੇ ਲਈ, ਤਾਂ ਮੈਂ ਤੁਹਾਨੂੰ ਦੱਸਿਆ ਮੇਰੇ ਵਰਗੇ ਬੰਦੇ ਕੋਈ ਸਾਂਝੀ ਵੀ ਨਹੀਂ ਲਾਉਂਦਾ, ਕਿਹਨੇ ਕਿਹੜਾ ਕੰਮ ਕਰਨਾ। ਇੱਕ ਤਾਂ ਆਵਾਜ਼ ਉੱਠ ਗਿਆ ਜੀ ਵੀ ਜਿਹੜੇ ਇਹ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਜੀ, ਉਹ ਕੱਢ ਦੇਣ, ਉਹ ਰੱਖ ਲੈਣ, ਸਾਡੀ ਤਾਂ ਉਹਨਾਂ ਅੱਗੇ ਨਿਮਰਤਾ ਹੀ ਹੈ ਕਿ ਆਪਾਂ ਸਾਰੇ ਇਕੱਠੇ। ਜੇ ਪ੍ਰਧਾਨ ਸਾਹਿਬ ਨਹੀਂ ਮੰਨਦੇ, ਇਹ ਸਾਰੀਆਂ ਗੱਲਾਂ ਅੱਜ ਤੋਂ ਬਾਅਦ ਕਰਾਂਗੇ, ਅੱਜ ਗੁਰੂ ਦੇ ਚਰਨਾਂ 'ਚ ਆਇਆ, ਅੱਜ ਗੁਰੂ ਦੇ ਚਰਨਾਂ 'ਚ ਰਹਿਣ ਦੇ। ਧੰਨਵਾਦ।